में आलमंड भी है, पिस्ता एंड कैशू नट्स एंड द बेरीज आल्सो। सत श्री अकाल जी, माय नेम इज रमनजोत सिंह, शेफ रमनजोत सिंह। आई एम बेसिकली फ्रॉम चंडीगढ़। टुडे साढ़े होटल के इवेंट है केक मिक्सिंग। बेसिकली इन 17th सेंचुरी इट्स कॉल्ड अ मिक्सड अप बिकॉज ऑफ इट्स अ हाउस होल्ड न्यू हार्वेस्टिंग जो उस टाइम के सेंचुरी के लिए होती थी। सो बिकॉज लॉट्स ऑफ फ्रूट्स एंड नट्स उस टाइम की जो हार्वेस्टिंग सी वो सी। सो दैट टाइम वो केक एक बनता सीगा, प्लम केक बनता सीगा एक दूजे को गिफ्ट देने लई। सो ठंड भी होंदी सी, विंटर स्टार्ट होंदी सी, फस्ट वीक ऑफ नवंबर जो संडे आता सीगा, फस्ट वीक का संडे होंदा सी नवंबर दे, उदों स्टार्ट होंदी सी एंड विंटर्स आंदे सीगे। सो फ्रूट्स एंड नट्स टेक एक प्लम केक बनांदे सी, सो दैट उस ठंड दे विच एक केक बनाया जावे वो थोड़े अंदर इंटरनली एनर्जी बूस्ट होवे। दैट्स बेसिकली अ सेरेमनी ऑफ हार्वेस्ट। सर ये किते डिस्ट्रीब्यूट करने लिए बनाया जांदा सी या विद इन फैमिली? ये बहुत छोटे छोटे केक फॉर हार्वेस्ट सी। ठीक है, फैमिलीज दे विच तुसीं एक अपना केक बनांदे सी, सो दैट तुसीं जो क्रिसमस आंदा सीगा, न्यू ईयर आंदा सीगा, उस टाइम तुसीं एक दूजे नूं डिलीवर करो, एक दूजे नूं गिफ्ट करो। सो एक केक उस चीज़ का सीगा। ਕੋਈ ਇਹਦੀ ਕੋਈ ਡਿਫਰੈਂਟ ਪਾਊਂਡਸ ਦਾ ਹੁੰਦਾ ਸੀ ਜਾਂ ਇਹ ਕਿ ਮਤਲਬ ਕਿ ਜਿੰਨੀ ਮਰਜ਼ੀ ਜਿੰਨਾ ਮਰਜ਼ੀ ਪਾ ਸਕਦਾ? ਨਹੀਂ, ਕੋਈ ਇਹਦੀ ਵੇਟ ਜਾਂ ਕੋਈ ਦਾ ਸਾਈਜ਼ ਨਹੀਂ ਸੀਗਾ। ਠੀਕ ਹੈ। ਬੇਸਿਕਲੀ ਉਸ ਟਾਈਮ ਹਾਊਸ ਮੋਲਡ ਜੋ ਘਰੇ ਸਾਡੇ ਹੁੰਦੇ ਸੀਗੇ ਉਸ ਟਾਈਮ ਦੇ ਜੋ ਹੁੰਦੇ ਸੀ, 17th ਸੈਂਚੁਰੀ ਦੀ ਗੱਲ ਹੈ, ਬਹੁਤ ਪੁਰਾਣੀ ਹੋ ਗਈ ਗੱਲ। ਰਮ ਵਿਸਕੀ ਐਂਡ ਸਭ ਕੁਝ ਪਿਆ ਹੈਗਾ ਇੱਥੇ। ਰਮ ਵਿਸਕੀ, ਹਾਂ ਉਸ ਟਾਈਮ ਰਮ ਵਿਸਕੀ ਦਾ ਯੂਜ਼ ਘੱਟ ਹੁੰਦਾ ਸੀ, ਜੋ ਵਿਨੇਗਰਸ ਹੁੰਦੇ ਸੀ, ਗ੍ਰੇਪਸ ਦਾ ਹੋ ਗਿਆ ਜੋ ਉਸ ਟਾਈਮ ਬਣਦੇ ਸੀ, ਫਰਮੈਂਟਡ ਗ੍ਰੇਪ, ਫਰਮੈਂਟਡ ਹੋ ਕੇ ਉਹ ਚੀਜ਼ਾਂ ਕੇਕ ਦੇ ਵਿੱਚ ਆ ਕੇ ਪਲਮ ਕੇਕ ਬਣਦਾ ਸੀ। ਠੀਕ ਹੈ। ਬੇਸਿਕਲੀ ਤਾਂ ਪਲਮ ਕੇਕ ਇਹ ਕਰਦਾ ਕੀ ਹੈ ਸਰ? ਜਿਹੜੀ ਐਲਕੋਹਲ ਹੁੰਦੀ ਹੈ ਇਹ ਬੇਸਿਕਲੀ ਫਲਾਵਰਟ ਲਿਆਉਂਦੀ ਹੈ ਜਾਂ ਕੀ ਕਰਦੀ ਹੈ? ਜੋ ਅਲਕੋਹਲ ਹੈ ਉਹ ਇੱਕ ਫਲੇਵਰ ਦਿੰਦੀ ਹੈ। ਆਪਾਂ ਅੱਜ ਕੱਲ੍ਹ ਕੀ ਕਰਦੇ ਆ, ਸਾਡੇ ਆਰਮੀ ਦੇ ਵਿੱਚ ਵੀ ਠੰਡ ਦੇ ਵਿੱਚ ਜ਼ਿਆਦਾ ਦਿੰਦੇ ਨਾ ਰਮ, ਆਪਾਂ ਜ਼ਿਆਦਾ ਦਿੰਦੇ ਹਾਂ, ਸੋ ਦੈਟ ਤੁਹਾਡੇ ਅੰਦਰ ਦੀ ਇੰਟਰਨਲੀ ਜੋ ਹੀਟ ਆ ਉਹ ਐਨਰਜੀ ਸੈੱਟ ਰਹੇ। ਠੀਕ ਹੈ। ਉਸ ਟਾਈਮ ਲਈ ਉਸ ਟਾਈਮ ਠੰਡ ਵੀ ਹੁੰਦੀ ਸੀ ਅਤੇ ਨਟਸ ਅਤੇ ਫਰੂਟਸ ਉਹਨਾਂ ਦੀ ਹਾਰਵੈਸਟ ਹੁੰਦੀ ਸੀ, ਸੋ ਉਹ ਇਕੱਠਾ ਕਰਕੇ ਇੱਕ ਕੇਕ ਬਣਾਇਆ ਜਾਂਦਾ ਸੀ, ਤੁਹਾਡੀ ਇੰਟਰਨਲ ਬਾਡੀ ਨੂੰ ਸੈੱਟ ਕਰਦਾ ਸੀ, ਸੋਰਸ ਆਫ ਐਨਰਜੀ ਸੀ। ਅਸੀਂ ਰਮਨ ਜੀ ਦੇਖਣਾ ਚਾਹਾਂਗੇ, ਫਟਾਫਟ ਤੋਂ ਸਾਨੂੰ ਲੈ ਜਾਓ ਉੱਥੇ। ਯੈਸ। ਔਰ ਸਾਨੂੰ ਦਿਖਾਓ, ਮੈਂ ਤੁਹਾਨੂੰ ਦਿਖਾਣਾ ਕਿਸ ਤਰ੍ਹਾਂ ਬਣਾਉਂਦੇ। ਆਲਮੰਡ ਵੀ ਹੈ, ਪਿਸਤਾ ਐਂਡ ਕੈਸ਼ੂ ਨਟਸ ਐਂਡ ਦਾ ਬੈਰੀਜ਼ ਆਲਸੋ ਐਂਡ ਰੇਜ਼ਨਸ ਆਲਸੋ, ਆਲ ਨਟਸ ਵੀ ਆਰ ਡਿਸਟ੍ਰੀਬਿਊਟਿੰਗ। ਸੋ ਦੈਟ ਇਹਦਾ ਇੱਕ ਆਪਣਾ ਸੈਟਅਪ ਬਣਾ ਕੇ ਅਸੀਂ ਇਹਦੇ ਵਿੱਚ ਵਿਸਕੀ ਐਂਡ ਰਮ ਮਿਕਸਚਰ ਓਵਰ ਦੇਅਰ ਕਰਕੇ ਅਸੀਂ ਇਸ ਚੀਜ਼ ਨੂੰ ਅੱਗੇ ਜਸਟ ਇਨਵੈਸਟ ਕਰਦੇ। ਮੈਨੂੰ ਬਿਟਰਨੈਸ ਲਿਆਉਂਦਾ ਥੋੜ੍ਹੀ ਜਿਹੀ ਕੇਕ ਦੇ ਵਿੱਚ, ਬਿਟਰਨੈਸ ਆ ਜਾਂਦੀ ਹੈ ਐਲਕੋਹਲ ਨਾਲ? ਬਿਟਰਨੈਸ ਆਏਗੀ, ਬਟ ਉਹਦੇ ਵਿੱਚ ਅਸੀਂ ਯੂਜਿਸ ਕੀਤੇ ਹੋਏ ਰੇਜ਼ਨਸ ਜੋ ਆਲਰੇਡੀ ਸਵੀਟਸ ਹੈ, ਐਪਰੀਕੋਟ ਆਲਰੇਡੀ ਸਵੀਟਸ ਹੈ, ਸੋ ਇਹ ਮਿਕਸਚਰ ਹੈ ਫਰੂਟਸ ਅਤੇ ਨਟਸ ਦਾ। ਕੀ ਚੋਕਲੇਟ ਫਲੇਵਰ ਹੁੰਦਾ ਹੈ ਜਾਂ ਇਹ? ਨਹੀਂ, ਚੋਕਲੇਟ ਫਲੇਵਰ ਨਹੀਂ ਹੁੰਦਾ, ਇਹ ਫਲੇਵਰ ਹੈ ਬ੍ਰੈਡ ਫਰੂਟ ਅਤੇ ਨਟਸ ਦਾ। ਅੱਛਾ, ਫਰੂਟੀ ਜਿਹੇ ਕਾਇੰਡ ਆਫ, ਫਰੂਟੀ ਕਾਇੰਡ ਆਫ, ਇੱਕ ਜਿੱਦਾਂ ਡਰਾਈ ਕੇਕ ਹੁੰਦਾ ਆਪਣਾ, ਐਵੇਂ ਦਾ ਕੇਕ ਬਣੇਗਾ ਨਿਊ ਈਅਰ 'ਤੇ ਜਾਂ ਕ੍ਰਿਸਮਸ 'ਤੇ ਸਾਡੇ ਬਣਦਾ ਆ, ਸੋ ਅਸੀਂ ਉਹ ਫਿਰ ਗੈਸਟ ਨੂੰ ਡਿਲੀਵਰ ਕਰਦੇ ਹਾਂ। ਮਾਊਥ 'ਚ ਜਾ ਕੇ ਐਕਸਪਲੋਜਨ ਆਫ ਫਲੇਵਰਸ ਹੋਏਗਾ, ਕਾਇੰਡ ਆਫ ਫਲੇਵਰ ਆਫ ਨਟਸ, ਫਲੇਵਰ ਆਫ ਫਰੂਟਸ, ਫਲੇਵਰ ਆਫ ਫਰੂਟਸ, ਉਹ ਚੀਜ਼ ਦਾ ਮਿਕਸਚਰ ਹੈ। ਦੁੱਧ ਪੈਂਦਾ ਹੈਗਾ ਕਿੰਨੀ ਦੇਰ ਇਹਨੂੰ ਸਰਵਿੰਗ 'ਚ ਲੱਗਦੀ ਹੈ, ਕਿੰਨੀ ਦੇਰ ਬਣਾਉਣ 'ਚ ਲੱਗਦੀ ਹੈ ਅਤੇ ਕਿੰਨਾ ਤੁਸੀਂ ਇਹ ਬਣਾਉਣ ਲੱਗੇ ਹੋ ਅੱਜ? ਜੋ ਅੱਜ ਸਾਡਾ ਇਹਦਾ ਪ੍ਰੋਸੀਜਰ ਹੈ, ਅਸੀਂ ਇਹਨੂੰ ਨਟਸ, ਫਰੂਟਸ ਅਤੇ ਐਲਕੋਹਲ ਉਹਨੂੰ ਰਮ ਨੂੰ ਮਿਕਸਚਰ ਕਰਕੇ ਉਹਨੂੰ ਅਸੀਂ ਕਲਚਰ ਲਈ ਛੱਡਾਂਗੇ। ਸੋ ਵੈਨ ਐਵਰ ਦਾ ਕਮ ਨਿਊ ਈਅਰ ਐਂਡ ਦ ਕ੍ਰਿਸਮਸ ਆਲਸੋ, ਉਸ ਟਾਈਮ ਅਸੀਂ ਇਹਨੂੰ ਬੇਕ ਕਰਕੇ ਫਿਰ ਇਹਦੇ ਵਾਸਤੇ ਟੈਂਪਰੇਚਰ ਕਿੰਨਾ ਚਾਹੀਦਾ? ਟੈਂਪਰੇਚਰ 160 160 ਬੇਕ ਕਰਨਾ ਪਏਗਾ ਇਹਨੂੰ ਵੀ? ਕਿੰਨੀ ਦੇਰ ਲਈ ਬਾਅਦ ਬੇਕ ਕਰੋਗੇ ਤੁਸੀਂ ਇਹਨੂੰ? ਇਹਦਾ ਟਾਈਮਿੰਗ ਹੁੰਦਾ 1 ਤੋਂ 1.5 ਘੰਟਾ। 1 ਤੋਂ 1.5 ਘੰਟੇ ਡਰਾਈ ਕੇਕਸ ਬਣਦੇ ਨੇ। ਸਰ ਬੱਚਿਆਂ ਦਾ ਉਤਸ਼ਾਹ ਦਿਖਾਉਣਾ ਚਾਹਾਂਗੇ ਅਸੀਂ ਦਰਸ਼ਕਾਂ ਨੂੰ, ਜਰਾ ਉੱਧਰਲੇ ਪਾਸੇ ਜਰਾ ਦੇਖ ਲਓ ਬੱਚਿਆਂ ਨੂੰ, ਕਿੰਨੇ ਜ਼ਿਆਦਾ ਬੱਚੇ ਇੱਥੇ ਆਏ, ਥੋੜ੍ਹਾ ਬਤਾਓਗੇ ਸਰ? ਬੱਚੇ
ਬੱਚੇ ਸਾਡੇ ਕੋਲ ਬਹੁਤ ਹੈ, ਸਾਡੇ ਇੰਟਰਨਲੀ ਸਾਡੇ ਗੈਸਟ ਬਹੁਤ ਜ਼ਿਆਦਾ ਨੇ, ਆਲ ਆਰ ਐਕਸਾਈਟਿਡ ਟੂ ਮਿਕਸ ਆਲ ਦਾ ਫਰੂਟਸ ਐਂਡ ਇੰਗਰੀਡੀਅੰਟਸ ਆਲਸੋ। ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।